ਤੁਸੀਂ ਕੋਈ ਵੀ ਐਗਜ਼ਾਮ ਦੇਣਾ ਹੈ ਉਸਦੀ ਚੈੱਕਲਿਸਟ ਜ਼ਰੂਰ ਹੋਣੀ ਚਾਹੀਦੀ ਹੈ। ਟੈਨਸ਼ਨ ਘਟ ਜਾਂਦੀ ਹੈ, ਵੈਰੀਫਿਕੇਸ਼ਨ ਹੋ ਜਾਂਦੀ ਹੈ। ਚੈੱਕਲਿਸਟ ਕੀ ਹੁੰਦੀ ਹੈ ਕਿ ਜਿਵੇਂ ਛੋਟੇ ਹੁੰਦੇ ਮੈਂ ਵੀ ਕਿਸੇ ਦੁਕਾਨ ਤੇ ਜਾਣਾ, ਮੰਮੀ ਨੇ ਲੈਣ ਭੇਜਣਾ ਤੇ ਉਹਨਾਂ ਨੇ 5-7 ਚੀਜ਼ਾਂ ਲਿਖ ਦੇਣੀਆਂ, ਹਨਾ, ਪਾਪਾ ਨੇ ਲਿਖ ਦੇਣੀਆਂ, ਤੇ ਉਹ ਜਦੋਂ ਜਾ ਕੇ ਸਲਿੱਪ ਦੇਣੀ, ਅਗਲੇ ਨੇ ਦੁਕਾਨ ਤੋਂ ਸਮਾਨ ਦੇ ਦੇਣਾ, ਤੇ ਜਦੋਂ ਸਮਾਨ ਦੇ ਦੇਣਾ ਉਸਨੇ ਚੈੱਕ ਕਰਨਾ ਇਹ ਚੀਨੀ ਇੰਨੀ ਆ ਗਈ ਹੈ, 1 ਕਿਲੋ ਤੇਲ ਆ ਗਿਆ ਹੈ, ਚਾਹ ਪੱਤੀ ਆ ਗਈ ਹੈ, ਟਿੱਕ ਕਰਦੇ ਸੀ ਨਾ। ਸੋ ਚੈੱਕਲਿਸਟ ਇੱਕ ਲਿਸਟ ਹੈ ਆਈਟਮਸ ਦੀ ਜਿਹੜੀ ਤੁਸੀਂ ਇਹ ਦੇਖਦੇ ਹੋ ਕਿ ਵੈਰੀਫਾਈ ਕਰ ਲਿਆ ਕਿ ਸਮਾਨ ਮੈਂ ਰੱਖ ਲਿਆ। ਤੁਸੀਂ ਟੂਰ ਤੇ ਜਾਂਦੇ ਹੋ, ਚੈੱਕਲਿਸਟ ਉਹਦੀ ਬਣਾ ਕੇ ਰੱਖ ਸਕਦੇ ਹੋ। ਸੋ ਚੈੱਕਲਿਸਟ ਬੀ ਐਡ ਲਈ ਜਿਹੜੀ ਤੁਸੀਂ ਵੈਸੇ ਇਹ ਟੋਟਲ ਬਣਾਈ ਹੋਈ ਹੈ, ਤੁਸੀਂ ਪੱਕੀ ਵੀ ਬਣਾ ਕੇ ਰੱਖ ਸਕਦੇ ਹੋ। ਤੁਹਾਡੀਆਂ ਸਾਰੀਆਂ ਰਿਕੁਆਇਰਮੈਂਟਸ ਦੀ ਲਿਸਟ ਹੈ, ਤੁਸੀਂ ਇਹ ਦੇਖਣਾ ਹੈ। ਤੁਸੀਂ ਇਹ ਚੀਜ਼ ਜੇ ਤੁਹਾਡੀ ਜ਼ਰੂਰਤ ਬਣਦੀ ਹੈ ਉਹ ਤੁਸੀਂ ਰੱਖ ਲੈਣੀ ਹੈ ਇੱਕ ਦਿਨ ਪਹਿਲਾਂ, ਅਤੇ ਕੁਝ ਚੀਜ਼ਾਂ ਹਰ ਹਾਲਤ 'ਚ ਰੱਖਣੀਆਂ ਹਨ, ਉਹ ਤੁਸੀਂ ਨਾਲ ਨਾਲ ਦੇਖ ਸਕਦੇ ਹਾਂ। ਅਸਿਸਟੈਂਟ ਜਿਹੜੇ ਡਿਸੇਬਲਡ ਪਰਸਨ ਨੇ ਲਿਖ ਨਹੀਂ ਸਕਦੇ, ਉਹਨਾਂ ਨੇ ਮੈਡੀਕਲ ਸਰਟੀਫਿਕੇਟ ਵੀ ਲੈਣਾ ਹੈ, ਜੇ ਮੈਡੀਕਲ ਕਾਲਜ ਹੈ ਉਸ ਤੋਂ ਲੈ ਸਕਦੇ, ਅਦਰਵਾਈਜ਼ ਜਿਹੜੇ ਡਿਸਟ੍ਰਿਕਟ ਆਫਿਸਰ ਨੇ ਮੈਡੀਸਨ ਦੇ ਉਹਨਾਂ ਤੋਂ ਲੈਣਾ ਹੁੰਦਾ ਹੈ ਗੌਰਮੈਂਟ ਦਾ, ਅਤੇ ਉਹ ਨਾਲ ਫਿਰ ਉਹਨਾਂ ਨੂੰ ਉਹ ਸਰਟੀਫਿਕੇਟ ਹੋਏਗਾ ਤਾਂ ਅਸਿਸਟੈਂਟ ਮਿਲੇਗਾ, 50 ਮਿੰਟ ਵਾਧੂ ਹੀ ਮਿਲੇਗੇ। ਸੋ ਇਹ ਉਹ ਜਿਹੜੇ ਡਿਸੇਬਲਡ ਨੇ ਬਿਲਾਈਨ ਨੂੰ ਪੱਕਾ ਮਿਲੇਗਾ। ਅੱਛਾ, ਜੋਮੈਟਰੀ ਲੈਣੀ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਟਰਾਂਸਪੇਰੈਂਟ ਹੋਣੀ ਚਾਹੀਦੀ ਹੈ, ਦੂਸਰੀ ਤਰਫ ਦਿਖਦੇ ਹੋਵੇ, ਵਿੱਚ ਕੋਈ ਚੀਜ਼ ਲੁਕੀ ਹੋਈ ਹੈ ਇਸ ਤਰ੍ਹਾਂ ਨਾ ਹੋਵੇ, ਠੀਕ ਹੈ। ਅਕੋਰਡਿੰਗ ਟੂ ਇੰਸਟਰਕਸ਼ਨ ਹੋਵੇ, ਇੰਸਟਰਕਸ਼ਨ ਕਿਹੜੀਆਂ ਲਗਭਗ ਦੱਸ ਦੇਣੀਆਂ ਹੈ। ਮੈਂ ਇੱਥੇ ਪੈਨਸਿਲ ਲਿਖੀ ਹੈ, ਉਹ ਜੋਮੈਟਰੀ ਬਾਕਸ ਜਿਹੜਾ ਚੀਜ਼ਾਂ ਜ਼ਰੂਰ ਹੋਣ, HB ਦੀ ਹੀ ਪੈਨਸਿਲ ਹੋਵੇ। ਇੱਕ ਵੀਡੀਓ ਹੋਏਗੀ ਪੈਨ ਪੈਨਸਿਲ ਕਿਹੜੇ ਹੋਣੇ ਚਾਹੀਦੇ, HB ਕਿਹੜੀਆਂ ਹੋ ਸਕਦੀਆਂ, ਕਿਹੜੀਆਂ ਪੈਨਸਿਲ ਨਹੀਂ ਲੈਣੀਆਂ, ਲੇਕਿਨ ਯੂਜ਼ ਕੀ ਹੋਣਾ ਹੈ, ਬਲੈਕ ਬਾਲ ਪੈਨ, ਇਸ ਨੂੰ ਚੰਗੀ ਤਰ੍ਹਾਂ ਅੰਡਰਲਾਈਨ ਕਰਨਾ ਹੈ। ਵੀਡੀਓ ਵੱਖਰਾ ਆ ਜਾਏਗਾ ਕਿ ਕਿਹੜਾ ਪੈਨ ਅੱਛੇ ਨੇ। ਅੱਛਾ, ਇਰੇਜ਼ਰ ਹਾਂ ਕੰਮ ਆ ਸਕਦਾ ਹੈ, ਕਿਉਂਕਿ ਇਹ ਤੁਸੀਂ ਰੱਖਣਾ ਹੈ, ਕਿਉਂਕਿ ਤੁਹਾਡੇ ਸ਼ੀਟ 'ਤੇ ਜਾਂ OMR ਸ਼ੀਟ 'ਤੇ ਕਿਤੇ ਕੁਛ ਗਲਤੀ ਨਾ ਹੋ ਜਾਂਦਾ ਹੈ, ਪੈਨਸਿਲ ਨਾ ਕਰ ਦਿਓ। ਇੱਕ ਅਪਰੋਚ ਹੈ ਕਿ ਪੈਨਸਿਲ ਯੂਜ਼ ਕਰਕੇ ਬਾਅਦ ਵਿੱਚ ਬਾਲ ਪੈਨ ਯੂਜ਼ ਕਰਨਾ ਹੈ, ਤਾਂ ਤੁਸੀਂ ਪੈਨਸਿਲ ਲਿਜਾ ਸਕਦੇ ਹੋ। ਵੈਸੇ ਪੈਨਸਿਲ ਨਾਲ ਨਿਸ਼ਾਨ ਨਹੀਂ ਲਗਾਉਣੇ, ਸ਼ਾਰਪਨਰ ਹੈ ਪੈਨਸਿਲ ਲਈ ਜੇ ਰੱਖਣਾ ਹੈ, ਪਹਿਲਾਂ 2 ਪੈਨਸਿਲਾਂ ਵੈਸੇ ਵਾਧੂ ਹੀ ਰੱਖੋ, ਸਕੈਚ ਪੈਨ ਹੈ, ਬਲੇਡ ਵਗੈਰਾ ਹੈ, ਜ਼ਰੂਰਤ ਨਹੀਂ ਪਏਗੀ, ਤੁਸੀਂ ਆਪਣੀ ਮਰਜ਼ੀ ਮੁਤਾਬਕ ਰੱਖਣਾ ਹੈ ਤਾਂ ਰੱਖ ਸਕਦੇ ਹੋ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ, ਚਲੋ ਮੈਂ OMR ਸ਼ੀਟ ਜਦੋਂ ਭਰਨੀ ਹੈ ਉਦੋਂ ਬਲੇਡ ਦੀ ਦੱਸਾਂਗਾ, ਬਲੇਡ ਨੂੰ ਕਈ ਲੋਕ ਗਲਤ ਤਰ੍ਹਾਂ ਨਾਲ ਯੂਜ਼ ਕਰਦੇ ਹਨ, ਜੇ ਗਲਤ ਜਵਾਬ ਦਿੱਤਾ ਜਾਵੇ ਉਸਨੂੰ ਇਸ ਤਰ੍ਹਾਂ ਖੁਰੇਦਣ ਦੀ ਜਾਂ ਵਾਈਟਨਰ ਲਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਨਹੀਂ ਚੱਲੇਗਾ। ਬੋਟਲ ਹੈ, ਪਾਣੀ ਚਾਹੀਦਾ ਹੈ ਤੁਹਾਨੂੰ, ਟਰਾਂਸਪੇਰੈਂਟ ਹੋਣੀ ਚਾਹੀਦੀ ਹੈ, ਪਾਰਦਰਸ਼ੀ ਹੋਣੀ ਚਾਹੀਦੀ ਹੈ। ਰੁਮਾਲ ਤੁਹਾਡੇ ਕੰਮ ਆਏਗਾ, ਬਿਲਕੁਲ ਹੈ। ਟੇਬਲਸ ਹੈ, ਮੇਰੇ ਖਿਆਲ ਨਾਲ ਇੱਥੇ ਕੰਮ ਨਹੀਂ ਆਉਣਗੇ। ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ, ਕੋਈ ਵੀ ਹੈਡਿਕ ਹੈ, ਟੈਂਪਰੇਚਰ ਹੈ, ਜਾਂ ਉਹਨੂੰ ਲੱਗਦਾ ਹੈ ਐਂਗਜ਼ਾਇਟੀ ਹੋ ਜਾਂਦੀ ਹੈ, ਕਿਸੇ ਨੂੰ ਕੋਈ ਛੋਟੀ ਮੋਟੀ ਹੈਲਥ ਪ੍ਰੋਬਲਮ ਹੋ ਸਕਦੀ ਹੈ, ਉਹ ਮੈਡੀਸਨ ਰੱਖਣਾ ਨਹੀਂ ਭੁੱਲਣਾ ਤੁਸੀਂ, ਜ਼ਰੂਰ ਹੈ। ਵਾਚ ਤੁਹਾਡੇ ਕੰਮ ਆਏਗੀ, ਟਾਈਮ ਮੈਨੇਜਮੈਂਟ ਬਹੁਤ ਵੱਡੀ ਚੀਜ਼ ਹੈ, ਨਿਊਮੈਰੀਕਲ ਵਾਚ ਹੋਵੇ ਤਾਂ ਵਧੀਆ ਹੈ। ਨੋਰਮਲੀ ਇੰਸਟਰਕਸ਼ਨ ਇਹ ਹੈ ਕਿ ਤੁਸੀਂ ਵਾਚ ਥੋੜ੍ਹੀ ਸਸਤੀ ਵਾਲੀ ਵਾਚ ਲਈਓ, ਕਿਉਂਕਿ ਕਲੋਕ ਇੰਸਟਰਕਸ਼ਨ ਹੁੰਦੀਆਂ ਹੈ। ਪਿਛਲਾ CET ਦਾ ਟੈਟ ਦਾ ਐਗਜ਼ਾਮ, PS TET ਦਾ ਐਗਜ਼ਾਮ ਹੋਇਆ, ਉਹਦੇ ਵਿੱਚ ਇੰਸਟਰਕਸ਼ਨ ਸੀ, ਪਰ ਜਦੋਂ ਮੇਰੇ ਕੋਲ ਫੀਡਬੈਕ ਆਈ, ਇੰਸਟਰਕਸ਼ਨ ਕੀ ਸੀ ਕਿ ਹਾਲ ਵਿੱਚ, ਹਰ ਹਾਲ ਵਿੱਚ ਕਲੋਕ ਲੱਗਾ ਹੋਏਗਾ, ਪਰ ਕਈਆਂ 'ਚ ਕਲੋਕ ਨਹੀਂ ਲੱਗਾ ਹੁੰਦਾ, ਇਹ ਅਣਗਹਿਲੀ ਹੋ ਜਾਂਦੀ ਹੈ। ਤੋ ਸੋ ਤੁਸੀਂ ਵਾਚ ਦਾ ਇੰਤਜ਼ਾਮ ਆਪਣਾ ਕਰਕੇ ਜਾਓ ਹਰ ਹਾਲਤ ਵਿੱਚ, ਔਰ ਟਾਈਮ ਮੈਨੇਜਮੈਂਟ ਕਿਸ ਤਰ੍ਹਾਂ ਕਰਨੀ ਹੈ ਅਗਲੀ ਵੀਡੀਓ 'ਚ ਕਰਦੇ ਹਾਂ। ਡਰੈਸ ਤੁਹਾਡੀ ਕੰਫਰਟੇਬਲ ਹੋਵੇ, ਡਰੈਸ ਤੁਸੀਂ ਟੂਰ 'ਤੇ ਨਹੀਂ ਜਾ ਰਹੇ, ਤੁਸੀਂ ਆਰਾਮਦਾਇਕ ਕਿ ਸੋਚ ਸਕੋ, ਤੁਸੀਂ ਡਰੈਸ ਵਿੱਚ ਅੱਛਾ ਫੀਲ ਕਰ ਸਕੋ, ਇਹ ਤੁਸੀਂ ਖੁਦ ਦੇਖਣਾ ਹੈ, ਕੰਫਰਟੇਬਲ ਹੋਵੇ। ਬਰਸਾਤ ਦੇ ਦਿਨ ਨੇ ਅਮਰੇਲਾ ਜਾਂ ਤੁਸੀਂ ਭਿੱਜਣ ਤੋਂ ਜੋ ਵੀ ਬਚਣਾ ਹੈ, ਹੈ ਨਾ, ਰੇਨਕੋਟ ਲੈਣਾ ਹੈ, ਉਹ ਤੁਸੀਂ ਦੇਖ ਸਕਦੇ ਹੋ। ਈਟੇਬਲ ਜ਼ਰੂਰ ਚਾਹੀਦਾ ਹੈ, ਕਿਉਂਕਿ ਕਈ ਸਟੂਡੈਂਟ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਖਾਲੀ ਪੇਟ ਸਿਰ ਦੁਖਣ ਲੱਗ ਪੈਂਦਾ ਹੈ, ਕਈਆਂ ਦਾ ਓਵਰ ਈਟਿੰਗ ਨਾਲ ਦੁਖਦਾ ਹੈ, ਸੋ ਖਾਲੀ ਪੇਟ ਵੀ ਨਗਰ ਰੱਖਣਾ। ਇਸ ਤਰ੍ਹਾਂ ਦੀ ਇੱਕ ਅੱਧੀ ਚੀਜ਼ ਜਿਹੜੀ ਤੁਸੀਂ ਸੈਂਟਰ ਤੋਂ ਬਾਹਰ ਤੱਕ ਖਾ ਲਓ, ਤੁਹਾਡੇ 3 ਘੰਟੇ ਅੰਦਰ ਲੱਗ ਰਹੇ ਨੇ ਪਹਿਲੇ, ਕਿਉਂਕਿ ਤੁਸੀਂ ਐਂਟਰ ਹੋਣਾ ਹੈ। ਸੋ ਕਈ ਵਾਰ ਹੁੰਦਾ ਹੈ ਪਹਿਲੇ 2 ਘੰਟੇ 1.5 ਘੰਟੇ ਨਿਕਲ ਗਏ, ਬਾਅਦ ਵਿੱਚ ਭੁੱਖ ਲੱਗ ਗਈ ਹੈ, ਸਿਰ ਦੁਖਣ ਲੱਗ ਪਿਆ, ਅਟੈਂਸ਼ਨ, ਅੱਖਾਂ, ਇਹਨਾਂ ਨੇ ਦਿਮਾਗ ਨੇ એનર્ਜੀ ਲੈ ਲਈ ਹੈ, ਤੋ ਲਾਸਟ ਤੇ ਪਰਫਾਰਮੈਂਸ ਡਾਊਨ ਚਲ ਜਾਂਦੀ ਹੈ। ਹਾਲਾਂਕਿ ਐਂਟਰੈਂਸ ਟੈਸਟ ਹੈ, ਸ਼ਾਇਦ ਤੁਸੀਂ ਇੰਨੇ ਸੀਰੀਅਸਲੀ ਨਾ ਲੈ ਰਹੇ ਹੋ, ਲੇਕਿਨ ਅੱਗੇ ਟੈਟ, ਨੈਟ ਵਗੈਰਾ ਦੇ ਤੁਸੀਂ ਟੈਸਟ ਦੇਣੇ ਹਨ। ਸੋ ਇਸ ਗੱਲ ਦਾ ਆਪਣੀ ਹੈਲਥ ਤੁਹਾਡਾ ਕਿੰਨਾ ਅਲਾਓ ਕਰਦੀ ਹੈ, ਯੋਗਾ ਕਰਦੇ ਹੋ, ਮੈਡੀਟੇਸ਼ਨ ਕਰਦੇ ਹੋ, ਡੀਪ ਬ੍ਰੀਥ ਕਰਦੇ ਹੋ, ਹੈ ਨਾ, ਫਰੂਟ ਜ਼ਿਆਦਾ ਖਾਂਦੇ ਹੋ, ਸਲਾਦ ਜ਼ਿਆਦਾ ਖਾਂਦੇ ਹੋ, ਡਾਇਟ ਦੱਸਦਾ ਹੈ ਕਿਹੜੀ ਬੈਟਰ ਹੈ, ਸੋ ਫਿਰ ਤੁਸੀਂ ਉਹ ਕੱਢ ਸਕਦੇ ਹੋ। ਅਦਰਵਾਈਜ਼ ਆਪਣਾ ਦੇਖਣਾ ਹੈ ਕਿ ਕਿੰਨੀਆਂ ਤੁਹਾਨੂੰ ਈਟੇਬਲਸ ਕਿਹੜੇ ਚਾਹੀਦੇ ਹਨ, ਕਿਹੜੀ ਖੁਰਾਕ ਮੇਰੇ ਲਈ ਉਸ ਦਿਨ ਬੈਸਟ ਹੋਏਗੀ, ਤੰਗ ਨਹੀਂ ਹੋਈਦਾ ਜ਼ਿੰਦਗੀ, ਦੁਖੀ ਨਹੀਂ ਹੋਈਦਾ। ਬਿਲੋਂਗਿੰਗਸ
ਇਦਾਂ ਦੀਆਂ ਨਾ ਕੋਈ ਚੀਜ਼ਾਂ ਨਾਲ ਲੈ ਜਾਈਓ ਕਿ ਉਹਦੀ ਟੈਨਸ਼ਨ ਹੋਵੇ, ਬਾਹਰ ਹਾਲ ਦੇ ਬਾਹਰ ਜਾਂ ਕਿਤੇ ਉਹ ਰਖਵਾ ਦੇਣ ਜਾਂ ਰਿਸ਼ਤੇਦਾਰ ਕੋਈ ਨਾਲ ਨਹੀਂ ਗਿਆ ਤਾਂ ਉਹਦੀ ਟੈਨਸ਼ਨ ਨਹੀਂ ਹੋਣੀ ਚਾਹੀਦੀ ਬਿਲੋਂਗਿੰਗਸ। ਇਸ ਲਈ ਕੀਮਤੀ ਸਮਾਨ ਜੇ ਮੋਬਾਈਲ ਵੀ ਹੈ ਤਾਂ ਕੋਸ਼ਿਸ਼ ਕਰੋ ਜੇ ਕੋਈ ਸਾਥੀ ਹੈ ਉਸਨੂੰ, ਅਦਰਵਾਈਜ਼ ਨਹੀਂ ਤਾਂ ਨਾਲ ਲੈ ਕੇ ਜਾਓ। ਇਹ ਇੰਸਟਰਕਸ਼ਨ ਜਿਹੜੀਆਂ ਵੀ ਦਿੱਤੀਆਂ ਗਈਆਂ ਨੇ ਉਹਨੂੰ ਪ੍ਰੈਕਟਿਸ ਕਰੋ। OMR ਸ਼ੀਟ ਦੀ ਪ੍ਰੈਕਟਿਸ ਜ਼ਰੂਰ ਕਰਨੀ ਹੈ, ਉਹ ਮੈਂ ਟੈਲੀਗ੍ਰਾਮ 'ਤੇ ਆਪਣੇ ਭੇਜ ਦਿਆਂਗਾ OMR ਸ਼ੀਟ ਕਿਸ ਤਰ੍ਹਾਂ ਭਰਨੀ ਹੈ ਔਰ ਪੈਨ ਵਗੈਰਾ ਕਿਹੜਾ ਯੂਜ਼ ਕਰਨਾ। ਇਸ ਤਰ੍ਹਾਂ ਦੀਆਂ ਸਾਰੀਆਂ ਵੀਡੀਓ ਆਉਂਦੀਆਂ ਹਨ। ਗੈਸ ਵਰਕ, ਰੈਸ਼ਨਲ ਗੈਸ ਹੈ, ਪਿਛਲੇ ਪੇਪਰ ਦਾ 2022 ਦਾ ਅਨਾਲਿਸਿਸ ਹੈ ਕਿ ਕੀ ਵੀਕਨੈਸ ਸੀ, ਉਹ ਹੋਣ ਦੀ ਸੰਭਾਵਨਾ ਹੈ ਅਤੇ ਤੁਸੀਂ ਉਸਦਾ ਗੈਸ ਕਿੱਦਾਂ ਲਾਉਣੇ। ਇਹ ਵੀਡੀਓ ਆ ਰਹੀਆਂ, ਜਲਦੀ ਆ ਰਹੀਆਂ। ਪ੍ਰੈਕਟਿਸ ਹੋ ਗਿਆ ਇੰਸਟਰਕਸ਼ਨ। ਰੋਲ ਨੰਬਰ ਕਮ ਐਡਮਿਟ ਕਾਰਡ ਚੰਗੀ ਤਰ੍ਹਾਂ ਰੱਖ ਲੈਣਾ ਹੈ, ਇਸ ਨੂੰ ਭੁੱਲ ਜਾਂਦੇ ਹਾਂ। ਇਹਦੇ ਵਿੱਚ ਇਹ ਯਾਦ ਰੱਖਣਾ ਹੈ ਕਿ ਕਿਸੇ ਵੀ ਹਾਲਤ ਵਿੱਚ ਤੁਸੀਂ ਆਪਣੇ ਫੋਟੋ ਨੂੰ ਅਟੈਸਟ ਕਰਨਾ ਹੈ, ਉੱਥੇ ਵੀ ਸਾਈਨ ਕਰਨੇ ਹਨ। ਸਾਈਨ ਇਨਵਿਜੀਲੇਟਰ ਜਾਂ ਟੀਚਰ ਦੇ ਆਉਣ ਤੋਂ ਪਹਿਲਾਂ ਨਹੀਂ ਕਰਨੇ, ਉਹਦੀ ਹਾਜ਼ਰੀ ਵਿੱਚ ਕਰਨੇ ਹਨ। ਉਹਨਾਂ ਨੇ ਵੀ ਤੁਹਾਡੀ ਹਾਜ਼ਰੀ ਵਿੱਚ ਤੁਹਾਡੀ ਸ਼ੀਟ 'ਤੇ ਕਰਨੇ ਹਨ, ਸਾਈਨ ਕਰਨੇ ਹਨ। ID ਪਰੂਫ ਜਿਸ 'ਤੇ ਫੋਟੋ ਲੱਗੀ ਹੋਵੇ, ਜਿਹੜੀ ਤੁਹਾਡੀ ਅਪਲੋਡ ਕੀਤੀ ਸੀ ਫੋਟੋ ਉਹਦੇ ਵਰਗੀ ਜਾਂ ਉਹ ਹੀ ਹੋਵੇ, ਹੈ ਨਾ। ਸੋ ID ਪਰੂਫ ਤੁਹਾਡਾ ਕੋਈ ਵੀ ਹੋ ਸਕਦਾ ਹੈ, ਆਧਾਰ ਕਾਰਡ ਹੋ ਸਕਦਾ ਹੈ, ਪਾਸਪੋਰਟ ਹੋ ਸਕਦਾ ਹੈ, ਡਰਾਈਵਿੰਗ ਲਾਇਸੈਂਸ ਹੋ ਸਕਦਾ ਹੈ, ਜਿਸ 'ਤੇ ਫੋਟੋ ਹੋਣੀ ਚਾਹੀਦੀ ਹੈ। ਇੱਥੇ ਲਿਖਿਆ ਹੈ ਮੈਂ ਬਲੈਕ ਬਲੂ ਪੈੱਨ, ਲੇਕਿਨ ਬਲੈਕ ਪੈੱਨ ਤੁਹਾਡੀਆਂ ਇੰਸਟਰਕਸ਼ਨ 'ਚ ਲਿਖਿਆ ਗਿਆ ਹੈ, ਉਹ ਪੈੱਨ ਦੇ ਬਾਰੇ ਡਿਫਰੈਂਟ ਵੀਡੀਓ ਆ ਜਾਂਦੀ ਹੈ। ਜੈੱਲ ਪੈੱਨ ਜਾਂ ਪੈਨਸਿਲ ਨਹੀਂ, ਪੈਨਸਿਲ ਲੈ ਕੇ ਜਾਣੀ ਹੈ, ਚਲੋ ਮੈਂ ਵੱਖਰੇ ਵੀਡੀਓ ਤੋਂ ਦੱਸ ਦਿੰਦਾ ਹਾਂ। ਜੈੱਲ ਪੈੱਨ ਯੂਜ਼ ਨਹੀਂ ਹੁੰਦਾ, ਬਾਲ ਪੈੱਨ ਹੀ ਕਹਿੰਦੇ ਹਨ, ਕਿਉਂਕਿ ਜੋ ਸਕੈਨਰ ਹੈ ਉਸਨੇ OMR ਸ਼ੀਟ ਨੂੰ ਸਕੈਨ ਕਰਨਾ ਹੈ। ਸਿਗਨੇਚਰ ਇਨ ਐਗਜ਼ਾਮ ਰੂਮ ਉਹ ਕਰਨੇ ਹਨ, ਯਾਦ ਨਾ ਕਿ ਉਹ ਪਹਿਲਾਂ ਹੀ ਨਹੀਂ ਕਰਦੇ ਨੇ, ਜਿਹੜੀ ਐਡਮਿਟ ਕਾਰਡ 'ਤੇ ਸਿਗਨੇਚਰ ਹੈ ਪਹਿਲਾਂ ਹੀ ਕਰਕੇ ਨਹੀਂ, ਉਹ ਜਦੋਂ ਪ੍ਰੈਜੈਂਟ ਹੋਏਗਾ ਉੱਥੇ ਤੁਸੀਂ ਦੇ ਰਹੇ ਹੋ ਪੇਪਰ, ਉਹ ਪੇਪਰ ਦਿੰਦੇ ਇਨਵਿਜੀਲੇਟਰ ਆਏਗਾ, ਉਹਨਾਂ ਦੇ ਸਾਹਮਣੇ ਸਿਗਨੇਚਰ ਕਰਨੇ ਹੈ, ਉਹਨਾਂ ਨੇ ਵੀ ਤੁਹਾਡੇ ਕਰਨੇ ਹੈ। ਪਹਿਲਾਂ ਮੈਂ ਰਿਪੀਟ ਕਰ ਚੁੱਕਾ ਹਾਂ। ਓਵਲ ਡਿਟੇਲ ਪੂਰੀ ਫਿਲ ਕਰਨੀ ਹੈ, ਫੋਰ ਐਗਜ਼ਾਮਪਲ ਇੱਥੇ ਸਾਰੀ ਇਹ ਡਿਟੇਲ ਹੋਏਗੀ, ਇਸ 'ਤੇ ਮੈਂ ਵੀਡੀਓ ਪੂਰਾ ਕੱਢ ਦਿੰਦਾ ਹਾਂ। ਇਹ ਦੇਖੋ, ਹੈ ਨਾ, ਇਹ ਸਾਰੀ ਰੋਲ ਨੰਬਰ ਤੁਹਾਡਾ ਕੀ ਹੈ, ਤੁਹਾਡਾ ਫੋਨ ਨੰਬਰ, ਕਈ ਚੀਜ਼ਾਂ ਇਹ ਪੁੱਛੀਆਂ ਜਾਂਦੀਆਂ ਹਨ। ਟੈਸਟ ਬੁੱਕਲੈਟ ਨੰਬਰ ਕੀ ਹੈ, ਹੈ ਨਾ, ਤੁਹਾਡਾ ਹੋਰ ਕੀ ਹੈ, ਇਹ ਸਾਰੀ ਡਿਟੇਲ ਫਿਲ ਕਰਨੀ ਹੈ, ਇਹ ਫਿਲ ਕਰਨੀ ਹੈ। ਇਹ ਮੈਂ ਤੁਹਾਨੂੰ ਭੇਜ ਦਿੰਦਾ ਹਾਂ, ਤੁਹਾਨੂੰ ਮਿਲ ਵੀ ਜਾਏਗੀ। ਚਲੋ, ਇਹ ਸਾਰੀ ਓਵਲ ਡਿਟੇਲ ਹੈ, ਪਹਿਲਾਂ ਫਿਲ ਹੋਣੀ ਹੈ, ਇਸ ਲਈ ਤੁਹਾਨੂੰ ਐਗਜ਼ਾਮ ਵਿੱਚ ਪਹਿਲਾਂ ਬੁਲਾਇਆ ਜਾਂਦਾ ਹੈ। ਅੱਗੇ ਚੱਲਦੇ ਹਾਂ। ਆਪਣਾ ਤੁਹਾਡਾ ਇੱਕ ਸੈੱਟ ਹੋਏਗਾ, ਜੋ ਕੁਐਸਚਨ ਸੇਮ ਹੁੰਦੇ ਹੈ, ਏ ਸੈੱਟ ਦੇ ਆਰਡਰ ਵੱਖਰੇ ਹੋਣਗੇ, ਕੁਐਸਚਨ ਦਾ ਬੀ ਦਾ ਵੱਖਰਾ, ਸੀ ਦਾ ਵੱਖਰਾ, ਡੀ ਦਾ ਵੱਖਰਾ, ਕਾਪੀ ਕੇਸ ਨਾ ਹੋਣ, ਇੱਕ ਦੂਜੇ ਤੋਂ ਨਕਲ ਨਾ ਮਾਰ ਸਕੋ, ਇਸ ਲਈ ਬਣਾਇਆ ਜਾਂਦਾ ਹੈ। ਸੋ ਤੁਸੀਂ ਇਹ ਦੇਖਣਾ ਹੈ ਮੇਰਾ ਸੈੱਟ ਕਿਹੜਾ ਹੈ, ਇਹੀ ਸੈੱਟ ਤੁਸੀਂ OMR ਸ਼ੀਟ ਵਿੱਚ ਭਰਨਾ ਹੈ, ਉੱਤੇ ਹੋਏਗੀ ਸਪੇਸ, ਅਗਲੀ ਵੀਡੀਓ ਵਿੱਚ ਉਹ ਦੱਸ ਦਾਂਗਾ। ਨੈਕਸਟ ਹੈ ਇੱਕ ਹੀ ਸਰਕਲ ਕਰਨਾ ਹੈ, ਰਿਪੀਟ ਕਰਿਆ ਇੱਕ ਹੀ ਬਬਲ ਨੂੰ, ਚਾਰਾਂ ਦੇ ਵਿੱਚੋਂ ਇੱਕ ਹੀ, ਪਹਿਲੀ ਵੀਡੀਓ 'ਚ ਵੀ ਦੱਸ ਦਿੱਤਾ ਇਹ ਨੈਗੇਟਿਵ ਮਾਰਕਿੰਗ ਨਹੀਂ ਹੈ, ਇਸ ਦਾ ਫਾਇਦਾ ਉਠਾਉਣਾ ਹੈ ਪੂਰਾ। ਰਫ ਵਰਕ ਲਈ ਪੇਜ ਮਿਲੇਗਾ, ਇੱਕ ਹੀ ਪੇਜ ਮਿਲਦਾ ਹੈ, ਇੱਕ ਸਾਈਡ ਹੀ ਮਿਲਦੀ ਹੈ, ਮੈਂ ਪਿਛਲੇ ਵੀਡੀਓ ਵਿੱਚ ਵੀ ਦਿਖਾਈ ਹੈ ਕਿ ਇੱਕ ਸਾਈਡ ਹੀ ਮਿਲਦੀ ਹੈ, ਹੈ ਨਾ। ਇਹ ਪਿਛਲੀ ਵੀਡੀਓ ਹੈ, ਐਲੋ ਓਕੇ। ਸੋ ਕੁਐਸਚਨ ਬੁੱਕਲੈਟ ਤੁਸੀਂ ਘਰ ਲੈ ਜਾ ਸਕਦੇ ਹੋ। ਸੋ ਇਹ ਚੈੱਕਲਿਸਟ ਹੈ, ਇਸ ਤੋਂ ਇਲਾਵਾ ਹੋਰ ਕੋਈ ਕੁਐਸਚਨ ਹੋਵੇ ਪੁੱਛ ਸਕਦੇ ਹੋ। ਥੈਂਕ ਯੂ ਡਾਕਟਰ ਤੀਰਥ ਸਿੰਘ, ਲਰਨ ਟੂ ਐਕਚੁਲਾਈਜ਼। ਇੱਕ ਗੱਲ ਕਹਿ ਦੇਵਾਂ, ਜਿਹੜੇ ਟੀਚਿੰਗ ਪੋਟੈਂਸ਼ੀਅਲ ਦੀ ਤਿਆਰੀ ਜੇ 5-7 ਦਿਨਾਂ 'ਚ ਸਟੂਡੈਂਟ ਕਰ ਰਹੇ ਨੇ, ਉਹ ਮੋਸਟ ਟੋਪ ਰਿਪੀਟਡ ਕੁਐਸਚਨ ਕਰਕੇ ਮੈਂ ਕੱਢ ਰਿਹਾ ਹਾਂ ਵੀਡੀਓ, ਐਕਸਪੈਕਟਡ ਕੁਐਸਚਨ ਕਰਕੇ ਕੱਢ ਰਿਹਾ ਹਾਂ। ਪਿਛਲੀ ਵਾਰ 10% ਕੁਐਸਚਨ, ਉਹ 100 ਕੁਐਸਚਨ, 125 ਕੁਐਸਚਨ ਹੈ, ਬਾਕੀ ਵੀਡੀਓ ਬਣਨੀਆਂ ਹਨ, ਉਹਨਾਂ ਦੇ ਵਿੱਚੋਂ ਹੀ ਆਏ ਹਨ। ਸੋ ਜੇ ਕੁਛ ਨਹੀਂ ਹੈ ਤਾਂ ਐਗਜੈਕਟ ਉਹੀ ਉੱਤਰ ਨੇ, ਅਤੇ ਉਹ ਮੋਸਟਲੀ UGC ਨੈੱਟ 'ਚੋਂ ਚੱਕੇ ਗਏ ਨੇ, ਮੈਂ ਆਈਡੈਂਟੀਫਾਈ ਕੀਤੇ ਨੇ। 50 ਕੁਐਸਚਨ ਉਹ ਮੈਂ ਕਰ ਚੁੱਕਾ ਹਾਂ, ਬਾਕੀ 50, 60, 70, 80 ਕੁਐਸਚਨ ਦੀ ਵੀਡੀਓ ਆ ਜਾਏਗੀ। ਜੇ ਕੁਛ ਨਹੀਂ ਤਿਆਰੀ ਹੁੰਦੀ ਤਾਂ ਟੀਚਿੰਗ ਪੋਟੈਂਸ਼ੀਅਲ ਦਾ ਉਹ ਜ਼ਰੂਰ ਦੇਖ ਜਾਓ। ਥੈਂਕ ਯੂ।